ਹਾਂਜੀ ਅੱਸੀ ਗੱਲਬਾਤ ਦੀ ਸਾਰਿਆਂ ਨੂੰ ਆਪਾਂ ਦਿਖਾਉਣਾ ਸੀ ਅੱਜ ਜਿਹੜਾ ਆਪਾਂ ਮਸ਼ੀਨ ਦਾ ਟਰਾਂਸਪਲੈਂਟ ਕੀਤਾ ਸੀ ਝੋਨਾ ਮਹਿੰਦਰਾ ਦਾ ਟਰਾਂਸਪਲੈਂਟਰ ਸੀ ਆਪਣੇ ਕੋਲ ਤੇ ਉਹਦੇ ਨਾਲ ਬੀਜਿਆ ਸੀ ਆਪਾਂ ਆ ਜਿਹੜਾ ਹੁਣ ਝੋਨਾ ਧਾ ਰਹੇ ਆ ਇਹ ਪੂਸ਼ਾ 44 ਹੈ ਇਹ 10 ਤਰੀਕ ਦਾ ਲੱਗਿਆ ਹੋਇਆ ਵਾ ਤੇ ਤਿੰਨ ਰਿਓ ਪਾਏ ਨਹੀਂ ਇਹ ਚ ਹਜੇ ਤੱਕ ਸਿਰਫ ਸੁੰਡੀ ਵਾਲੀ ਇੱਕ ਸਪਰੇ ਹੋਈ ਹੈ ਇਹ ਚ ਯਾਨੀ ਤਿੰਨ ਰਿਓ ਪਾਏ ਨਹੀਂ ਤੇ ਆ ਸਾਨੂੰ ਬਾਈ ਜੀ ਵਿੱਚ ਖੜੇ ਦਿਹਾਉਂਦੇ ਆ ਵੀ ਇਹਨਾਂ ਦਾ ਕੱਦ ਆ ਦੇਖ ਲੋ ਇਹ ਇੰਨਾ ਕੱਦ ਦਾ ਬਾਈ ਜੀ ਝੋਨੇ ਦਾ ਤੇ ਬੂਜਾਵਾਜਾ ਵੀ ਬਹੁਤ ਸੋਹਣਾ ਵਾ ਤੇ ਤੇ ਬਾਕੀ ਅਸੀਂ ਟਿੱਲਰ ਗਿਣੇ ਹੀ ਬਾਈ ਜੀ ਟਿੱਲਰ ਇਹਦੇ ਤਕਰੀਬਨ ਜਿਹੜੇ ਵੀ ਆਪਾਂ ਬੂਜੇ ਤੇ ਗਿਣਾਗੇ 35 ਪਲੱਸ ਟਿੱਲਰ ਨਹੀਂ ਸਾਰਿਆਂ ਦੇ ਵਿੱਚ 50-50 ਟਿੱਲਰ ਵੀ ਹੈਗੇ ਨੇ ਵਿੱਚ ਚੌਲਾਂ ਦੇ ਤੇ ਬਹੁਤ ਸੋਹਣਾ ਜਣੀ ਆਪਣੇ ਤਾਂ ਬਹੁਤ ਪਸੰਦ ਆਈ ਇਹ ਚੀਜ਼ ਝਾੜ ਵੀ ਦੇਖਣ ਨੂੰ ਤਾਂ ਲੱਗਦਾ ਵੀ ਸੋਹਣਾ ਹੀ ਰਹੂਗਾ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਤੇ ਆ ਆਪਣਾ ਖੜਾ ਬਾਈ ਜੀ 666 ਇਹਦਾ ਵੀ ਕੱਦ ਉਨਾ ਹੀ ਆ ਪੂਛਾ ਜਿੰਨਾ ਹੀ ਤਿੰਨ ਹੀ ਰਿਓ ਇਹ ਚ ਪਾਏ ਨੇ ਬਾਈ ਜੀ ਪਰ ਇਹ ਤੇ ਬਾਕੀ ਇਹ ਚੋਂ ਨਹੀਂ ਆਪਣਾ ਤਕਰੀਬਨ ਸਾਰਾ 2 ਜੂਨ ਤੋਂ ਬਾਅਦ ਦਾ ਬੀਜਿਆ ਹੋਇਆ 666 ਦੇਖ ਸਕਦੇ ਹਾਂ ਵਧੀਆ ਝੋਨਾ ਨਿਸਰ ਚੱਲਿਆ ਵਾ ਟਾਈਮ ਤੇ ਬਹੁਤ ਵਧੀਆ ਬਾਕੀ ਸਾਨੂੰ ਟਿੱਲਰ ਦਿਖਾ ਇੰਨੇ ਹੀ ਇਹਦੇ ਟਿੱਲਰ ਦੇਖ ਸਕਦੇ ਹਾਂ ਬੂਝਾ ਦੇਖ ਸਕਦੇ ਹਾਂ ਚੌਲਾਂ ਦਾ ਬਹੁਤ ਸੋਹਣਾ ਬੂਝਾ ਵਾ ਬਾਕੀ ਬਾਈ ਤਕਰੀਬਨ ਜਿਹੜੇ ਆਪਣੇ ਨਾਲ ਹੱਥੀਂ ਲਾਇਆ ਝੋਨਾ ਖੜਾ ਵਾ ਉਹ ਵੀ ਆਪਾਂ ਦੇਖਿਆ ਜਾਨੀ ਉਹਨਾਂ ਨਾਲੋਂ ਬਿਮਾਰੀ ਦਾ ਕੁਝ ਪਰਸੈਂਟ ਤੱਕ ਫਰਕ ਆਈ ਇਹਨਾਂ ਦਾ ਬਿਮਾਰੀ ਘਟ ਪੈਂਦੀ ਹੈ ਇਹ ਚੌਲਾਂ ਨੂੰ ਕਿਉਂਕਿ ਵੇਜ ਦੀ ਹਵਾ ਕ੍ਰੋਸ ਹੁੰਦੀ ਆ ਹਵਾ ਕ੍ਰੋਸ ਹੋਣ ਕਰਕੇ ਬਹੁਤ ਫਰਕ ਰਹਿੰਦਾ ਵਾ ਬਾਕੀ ਭਾਈ ਜੀ ਜੇ ਧਿਆਨ ਨਾਲ ਦੇਖੋ ਸ਼ਾਇਦ ਸਿਆੜ ਵੀ ਦੀਂਦੇ ਨਹੀਂ ਵਧੀਆ ਖੜੇ ਸਿਆੜ ਦੀਂਦੇ ਨੇ ਹਣ ਤੱਕ ਵੀ ਵਧੀਆ ਸਿਆੜ ਦੀਂਦੇ ਨੇ ਤੇ ਬਾਕੀ ভাই ਕੋਈ ਬੜਾ ਖਰਚਾ ਨਹੀਂ ਆਉਂਦਾ ਇਹਨੂੰ ਬੀਜਣ ਤੇ ਤੇ ਜੇ ਤਾਂ ਬੰਦਾ ਆਪ ਚਲਾਉਂਦਾ ਵਾ ਤਕਰੀਬਨ ਵਧੀਆ ਜੇ ਆਪਣੇ ਘਰ ਦੇ ਮੈਂਬਰ ਹੀ ਹੈਗੇ ਨੇ ਚਲਾਉਣ ਵਾਲੇ ਆਪਣਾ 1000 ਰੁਪਏ ਦੇ ਅੰਦਰ ਅੰਦਰ ਪਨੀਰੀ ਬੀਜਣ ਤੋਂ ਖੱਤੇ ਦੇ ਲਪਾਈ ਤੱਕ 1000 ਰੁਪਏ ਚ ਵਧੀਆ ਸਰ ਜਾਂਦਾ ਜੀ ਜੇ ਆਪਾਂ ਕਿਰਾਏ ਤੇ ਲਵਾਉਨੇ ਆ ਕਿਰਾਏ ਤੇ ਲਵਾ ਕੇ ਵਿੱਚ ਇੱਕ ਦੋ ਵਾਰ ਆਪਾਂ ਢਾਲ ਵੀ ਲਵਾ ਲੈਣਾ ਝੋਨੇ ਤਾਂ ਵੀ ਆਪਣਾ 2000 ਦੇ ਅੰਦਰ ਅੰਦਰ ਸਰ ਜਾਂਦਾ ਦੂਏ ਝੋਨੇ ਨਾਲੋਂ ਅੱਧਾ ਖਰਚਾ ਰਹਿੰਦਾ ਜੀ ਬਾਕੀ ਕੰਪਨੀ ਤਾਂ ਇਹ ਵੀ ਕਹਿੰਦੀ ਆ ਬਈ ਦੋ ਕੁਇੰਟਲ ਝਾੜ ਵਾਦਾ ਵਾ ਜੇ ਆਪਣਾ ਦੋ ਨਹੀਂ ਇੱਕ ਕੁਇੰਟਲ ਵੀ ਝਾੜ ਵਾਦਾ ਬਾਈ ਆਪਣਾ ਜਿੰਨਾ ਖਰਚ ਆਇਆ ਬੀਜਣ ਮੌਕੇ ਉਹ ਸਭ ਵਾਪਸ ਆ ਜਾਂਦਾ ਵਾ ਬਾਕੀ ਝਾੜ ਦਾ ਤੁਹਾਨੂੰ ਦੱਸ ਦਾਂਗੇ ਜਦ ਟਾਈਮ ਤੇ ਜਾ ਕੇ ਯਾਨੀ ਫਿਲਹਾਲ ਝੋਨੇ ਦਾ ਬਹੁਤ ਵਧੀਆ ਨਸਾਰਾ ਬਹੁਤ ਵਧੀਆ ਬੂਝਾ ਵਾ ਬਾਕੀ ਝਾੜ ਤੇ ਪਤਾ ਲੱਗੂਗਾ ਹੀ ਹਾਂਜੀ ਬਾਈ ਜੀ ਜਿਹੜਾ ਇਹ ਝੋਨਾ ਮੈਂ ਤੁਹਾਨੂੰ ਦਿਖਾ ਰਿਆਂ ਇਹ 1509 ਵੈਰੈਟੀ ਬਾਸਪਤੀ ਝੋਨਾ ਹੀ ਇਹ ਹੈ ਏ ਆਪਾਂ ਮਸ਼ੀਨ ਨਾਲ ਲਾਇਆ ਸੀ ਤੇ ਆ ਆਪਾਂ ਟ੍ਰਾਇਲ ਵਾਸਤੇ ਬਾਈ ਜੀ 1121 ਝੋਨਾ 3 ਕਿੱਲੇ ਇਹ ਆਪਾਂ ਹੱਥੀਂ ਲਵਾਏ ਸੀ ਤੇ ਮਸ਼ੀਨ ਵਾਲੇ ਤੇ ਇਹ ਹੱਥੀਂ ਲਵਾਈ ਵਾਲ ਚੰਤਰੇ ਆ ਜਿਹੜਾ ਆਪਣਾ 1121 ਇਹ ਹੱਥੀਂ ਲਵਾਇਆ ਹੋਇਆ ਹੀ ਇਹ 'ਚ ਥੋੜੀਆਂ ਜੀਆਂ ਧਲੀਆਂ ਨੇ ਜਿਵੇਂ ਕੋਈ ਬੰਦਾ ਦੋ ਡਾਲ ਲਾਉਂਦਾ ਹੀ ਕੋਈ ਤਿੰਨ ਲਾਉਂਦਾ ਹੀ ਕੋਈ ਸਿੰਗਲ ਡਾਲ ਲਾਉਂਦਾ ਹੀ ਜਿਹੜੇ ਤਾਂ ਜ਼ਿਆਦੇ ਡਾਲ ਲੱਗੇ ਹੋਏ ਨੇ ਉਹਨਾਂ ਦਾ ਕੱਦ ਪੂਰਾ ਜ਼ਿਆਦਾ ਆਈ ਜਿੱਥੇ ਡਾਲ ਘੱਟ ਲੱਗੇ ਹੋਏ ਨੇ ਜਿਹੜਾ ਬੰਦਾ ਡਾਲ ਘੱਟ ਲਾਉਂਦਾ ਸੀਗਾ ਉਹ ਚੌਲ ਥੋੜ੍ਹਾ ਬੂਝਾ ਜ਼ਿਆਦਾ ਮਾਰ ਰਹੇ ਨੇ ਉਹਨਾਂ ਦਾ ਕੱਦ ਨਹੀਂ ਮਹੀਂ ਪਰ ਜਿਹੜਾ ਉਦੋਂ ਉਲਟ ਸਾਈਡ ਇਧਰ ਮਸ਼ੀਨ ਵਾਲਾ ਝੋਨਾ ਹੀ ਇਹ ਜਿਆਦਾ ਆਪਾਂ ਦੇਖਦੇ ਆ ਬਿਲਕੁਲ ਇੱਕਸਾਰ ਖੜਾ ਹੀ ਜਮਾ ਇੱਕਸਾਰ ਆ ਹੀ ਸਾਰਾ ਖੱਤਾ ਕੋਈ ਕਿਸੇ ਵੀ ਆਪਾਂ ਨੂੰ ਬੂਝੇ ਦਾ ਅੰਤਰ ਨਹੀਂ ਮਿਲੂਗਾ ਕਿਉਂਕਿ ਜਦ ਆਪਾਂ ਮਸ਼ੀਨ ਨਾਲ ਲਾਉਂਦੇ ਆ ਉਹਦੀ ਐਕੂਰੇਸੀ ਬਹੁਤ ਹੁੰਦੀ ਆ ਤੇ ਬਾਕੀ ਬੂਝਾ ਸੋਨ ਮੈਂ 1509 ਦਾ ਬੂਝਾ ਦਿਖਾਇਆ ਨਹੀਂ ਆ ਦੇਖ ਸਕਦੇ ਹੋ ਬਾਈ ਜੀ ਤੁਸੀਂ ਟਿੱਲਰ ਇਹਨੇ ਬੂਜਾ 1509 ਦਾ ਬਹੁਤ ਵਧੀਆ ਬਾਈ ਜੀ ਬੂਜਾ ਵਾ 1509 ਦਾ ਵੀ ਆਮ ਪੀ ਆਰ ਵੈਰਾਈਟੀ ਜਿੰਨਾ ਤਾਂ 1509 ਦਾ ਹੀ ਇਹਦਾ ਬੂਜਾ ਵਾ ਹੀ ਮਸ਼ੀਨ ਵਾਲ ਦਾ ਇਹ ਮਸ਼ੀਨ ਨਾਲੇ ਦਾ ਬੂਜਾ ਇਸ ਕਰਕੇ ਜ਼ਿਆਦਾ ਹੁੰਦਾ ਹੀ ਕਿਉਂਕਿ ਆਪਾਂ ਇਹ ਚ ਡਾਲ ਜਿੰਨੇ ਮਰਜ਼ੀ ਲਾ ਸਕਦੇ ਹਾਂ ਦੋ ਤਿੰਨ ਡਾਲਾਂ ਤੋਂ ਘੱਟ ਤਾਂ ਮਸ਼ੀਨ ਲਾਉਂਦੀ ਹੀ ਨਹੀਂ ਬੱਦ ਤੋਂ ਵੱਧ ਆਪਾਂ 6 6 7 7 ਢਾਲ ਵੀ ਲਾ ਸਕਦੇ ਆ ਯਾਨੀ 2 3 ਢਾਲ ਤਾਂ ਹੈ ਨੋਰਮਲ ਲਾਉਂਦੀ ਹੀ ਲਾਉਂਦੀ ਆ ਇਸ ਕਰਕੇ ਇਹ ਜਿਹੜਾ ਝੋਨਾ ਮਸ਼ੀਨ ਵਾਲਾ ਇਹਦਾ ਬੂਝਾ ਜਿਹੜਾ ਉਹ ਆਮ ਝੋਨੇ ਨਾਲੋਂ ਹਮੇਸ਼ਾ ਹੀ ਫਰਕ ਰਹਿੰਦਾ ਈ ਬੂਝਾ ਜ਼ਿਆਦਾ ਹੈ ਚੌਲਾਂ ਦਾ ਬਾਕੀ ਬਾਈ ਜੀ ਜਿਹੜਾ ਝੋਨਾ ਸੋਨ ਨੂੰ ਮੈਂ ਹੁਣ ਦਿਖਾ ਰਿਹਾ 1509 ਇਹ ਆਪਣਾ 15 ਜੁਲਾਈ ਦਾ ਲੱਗਿਆ ਹੋਇਆ ਬਾਈ ਜੀ ਤੇ ਦੇਖਣ ਲਈ ਵੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ